ਮੁਸਲਿਮ ਭਾਈਚਾਰਾ ਹੋ ਕੇ ਸਿੱਖਾਂ ਦੇ ਇੱਕ ਤਿਉਹਾਰ ਦੇ ਉੱਤੇ ਸਭਾ ਦੇ ਨਗਰ ਕੀਰਤਨ ਸਜਾਇਆ ਜਾਂਦਾ, ਉਸ ਨੂੰ ਲੈ ਕੇ ਇੱਕ ਤੁਸੀਂ ਲੰਗਰ ਲਗਾਇਆ ਹੋਇਆ ਦੁੱਧ ਦਾ। ਇਹ ਅਸੀਂ ਹਰ ਸਾਲ ਹੀ ਲਾਉਂਦੇ ਹਾਂ ਤਕਰੀਬਨ 10-12 ਸਾਲ ਤੋਂ। ਇਹਦੇ ਨਾਲ ਇੱਕ ਤਾਂ ਭਾਈਚਾਰਕ ਸਾਂਝ ਸਾਂਝੀ ਹੋ ਜਾਂਦੀ ਹੈ, ਇਹਦੇ ਇੱਕ ਗੁਰੂ ਪੀਰ ਸਾਹਿਬ ਦੇ ਸਾਂਝੇ ਹੀ ਨੇ, ਇਸ ਕਰਕੇ ਵੀ ਅਸੀਂ ਇਹ ਲੰਗਰ ਲਾਉਣਾ। ਸਾਰਿਆਂ ਨੂੰ ਮਿਲ ਜੁਲ ਕੇ ਰਹਿਣਾ ਚਾਹੀਦਾ, ਹਿੰਦੂ ਮੁਸਲਿਮ ਸਿੱਖ ਈਸਾਈ ਸਾਰੇ ਭਰਾ ਨੇ, ਸਾਰਿਆਂ ਨੂੰ ਇਕੱਠੇ ਹੋ ਕੇ ਰਹਿਣਾ ਚਾਹੀਦਾ। ਬੈਗ ਸਾਡੀ ਮਲੇਰ ਕੋਲ ਆਏ, ਸਾਡੇ ਜਿਵੇਂ ਨਵਾਬ ਨੇ ਹਾਲ ਦਾ ਨਾਰਾ ਵੀ ਮਾਰਿਆ ਸੀਗਾ ਬੱਚਿਆਂ ਦੀ ਚਨਵਾਈ ਦੇ ਵਿੱਚ। ਉੱਥੇ ਇਹ 12 ਸਾਲ ਹੋ ਗਈ, ਐਤਕੀ 12ਵਾਂ ਸਾਲ ਸੀਗਾ ਤਕਰੀਬਨ, 12 ਸਾਲ ਤੋਂ ਲੰਗਰ ਲੱਗ ਰਿਹਾ ਜੀ, ਪਰ ਹਰ ਸਾਲ ਲੱਗਦਾ ਰਹੂਗਾ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਤੇ ਮੈਂ ਹਾਂ ਦੀਪਕ ਚੰਨਣਾ। ਅਕਸਰ ਆਪਾਂ ਦੇਖਦੇ ਹਾਂ ਕਿ ਜਾਤਾਂ ਪਾਤਾਂ ਦੇ ਵਿੱਚ ਲੋਕ ਵੰਡੇ ਹੋਏ ਨੇ, ਹਜੇ ਵੀ ਜਾਤਾਂ ਪਾਤਾਂ ਦਾ ਫਰਕ ਕੀਤਾ ਜਾਂਦਾ, ਪਰ ਮਾਛੀਵਾੜਾ ਸਾਹਿਬ ਦੇ ਵਿੱਚ ਸ਼ਹੀਦੀ ਜੋੜ ਮੇਲ ਤੇ ਲੈ ਕੇ ਮੇਲ ਨੂੰ ਲੈ ਕੇ ਇੱਕ ਅਲੱਗ ਹੀ ਤਸਵੀਰ ਦੇਖਣ ਨੂੰ ਸਾਹਮਣੇ ਮਿਲੀ ਹੈ ਕਿ ਜਿੱਥੇ ਇੱਕ ਮੁਸਲਿਮ ਭਾਈਚਾਰੇ ਵੱਲੋਂ ਰਲ ਕੇ ਮਸਜਿਦ ਦੇ ਬਾਹਰ ਦੁੱਧ ਦਾ ਲੰਗਰ ਆ ਜਿਹੜਾ ਸਭਾ ਦੇ ਉੱਤੇ ਸ਼ਰਧਾਲੂ ਆਉਂਦੇ ਨੇ, ਜਿਹੜਾ ਨਗਰ ਕੀਰਤਨ ਸਜਾਇਆ ਜਾਂਦਾ, ਉਹਨਾਂ ਦੇ ਲਈ ਇੱਕ ਨਵੇਕਲੀ ਪਹਿਲ ਕੀਤੀ ਗਈ ਹੈ ਮੁਸਲਿਮ ਭਾਈਚਾਰੇ ਵੱਲੋਂ। ਗੱਲਬਾਤ ਕਰ ਲੈਂਦੇ ਹਾਂ, ਉਹ ਸਾਡੇ ਨਾਲ ਮੌਜੂਦ ਨੇ। ਬਾਈ ਜੀ, ਕੀ ਨਾਮ ਹੈ ਤੁਹਾਡਾ? ਮੁਹੰਮਦ ਸਲੀਮ ਜੀ। ਕਿਸ ਤਰ੍ਹਾਂ ਦੇਖਦੇ ਹੋ ਇੱਕ ਅਲੱਗ ਤੁਸੀਂ ਨਵੇਕਲੀ ਪਹਿਲ ਕੀਤੀ ਹੈ ਮੁਸਲਿਮ ਭਾਈਚਾਰਾ ਹੋ ਕੇ ਸਿੱਖਾਂ ਦੇ ਇੱਕ ਤਿਉਹਾਰ ਦੇ ਉੱਤੇ ਸਭਾ ਦੇ ਨਗਰ ਕੀਰਤਨ ਸਜਾਇਆ ਜਾਂਦਾ, ਉਸ ਨੂੰ ਲੈ ਕੇ ਇੱਕ ਤੁਸੀਂ ਲੰਗਰ ਲਗਾਇਆ ਹੋਇਆ ਦੁੱਧ ਦਾ? ਵੀਰੇ, ਅਸੀਂ ਹਰ ਸਾਲ ਹੀ ਲਾਉਂਦੇ ਹਾਂ ਤਕਰੀਬਨ 10-12 ਸਾਲ ਤੋਂ। ਇਹਦੇ ਨਾਲ ਇੱਕ ਤਾਂ ਭਾਈਚਾਰਕ ਸਾਂਝ ਸਾਂਝੀ ਹੋ ਜਾਂਦੀ ਹੈ, ਇਹਦੇ ਇੱਕ ਗੁਰੂ ਪੀਰ ਸਾਹਿਬ ਦੇ ਸਾਂਝੇ ਹੀ ਨੇ, ਇਸ ਕਰਕੇ ਵੀ ਅਸੀਂ ਇਹ ਲੰਗਰ ਲਾਉਣਾ। ਪਰ ਕਿਤੇ ਨਾ ਕਿਤੇ ਜਾ ਕੇ ਹਜੇ ਵੀ ਲੋਕ ਨੇ ਜਿਹੜੇ ਜਾਤਾਂ ਪਾਤਾਂ ਦਾ ਬੜਾ ਫਰਕ ਸਮਝਦੇ ਨੇ, ਪਰ ਤੁਸੀਂ ਇੱਕ ਉਸ ਚੀਜ਼ ਤੋਂ ਉੱਪਰ ਉੱਠ ਕੇ ਕੰਮ ਕਰ ਰਹੇ ਹੋ। ਲੋਕ ਸਮਝ ਜਾਣ ਜੀ, ਵੈਸੇ ਤਾਂ ਸਿਸਟਮ ਚਾਹੀਦਾ ਵੀ ਸਾਰਿਆਂ ਨੂੰ ਮਿਲ ਜੁਲ ਕੇ ਰਹਿਣਾ ਚਾਹੀਦਾ, ਹਿੰਦੂ ਮੁਸਲਿਮ ਸਿੱਖ ਈਸਾਈ ਸਾਰੇ ਭਰਾ ਨੇ, ਸਾਰਿਆਂ ਨੂੰ ਇਕੱਠੇ ਹੋ ਕੇ ਰਹਿਣਾ ਚਾਹੀਦਾ, ਇੱਕ ਦੂਸਰੇ ਤਿਉਹਾਰ ਜੋ ਵੀ ਸੋਗ ਦਿਨ ਨੇ ਸਾਰੇ ਇਕੱਠੇ ਮਨਾਉਣੇ ਚਾਹੀਦੇ ਨੇ। ਜੇ ਦੇਖੀਏ ਤਾਂ ਤੁਸੀਂ ਕਿੱਥੋਂ ਦੇ ਰਹਿਣ ਵਾਲੇ ਹੋ, ਲੋਕਲ ਇੱਥੇ ਮਾਛੀਵਾੜੇ ਕਿੰਨੇ ਕੁ ਸਮੇਂ ਤੋਂ ਰਹਿ ਰਹੇ ਹੋ? ਅਸੀਂ ਵੀਰੇ ਬੈਗ ਸਾਡੀ ਮਲੇਰ ਕੋਲ ਆਏ, ਸਾਡੇ ਜਿਵੇਂ ਨਵਾਬ ਨੇ ਹਾਲ ਦਾ ਨਾਰਾ ਵੀ ਮਾਰਿਆ ਸੀਗਾ ਬੱਚਿਆਂ ਦੀ ਚਨਵਾਈ ਦੇ ਵਿੱਚ। ਉੱਥੇ ਤੇ ਅਸੀਂ ਉਰੇ ਤਕਰੀਬਨ ਮਾਛੀਵਾੜੇ 'ਚ 20 ਸਾਲ ਹੋ ਗਏ ਵੀਰੇ ਰਹਿੰਦੇ ਨੂੰ। ਤੇ ਇਹ ਲੰਗਰ ਆ ਜਿਹੜਾ ਕਿੰਨੇ ਕੁ ਸਾਲਾਂ ਤੋਂ ਲਗਾਤਾਰ ਇਸ ਤਰ੍ਹਾਂ ਹੀ ਨਿਰੰਤਰ ਜਾਰੀ ਹੈ ਤੁਹਾਡਾ? ਇਹ 12 ਸਾਲ ਹੋ ਗਈ, ਯਾਨੀ ਕਿ 12ਵਾਂ ਸਾਲ ਸੀਗਾ ਤਕਰੀਬਨ, 12 ਸਾਲ ਤੋਂ ਲੰਗਰ ਲੱਗ ਰਿਹਾ ਜੀ ਵੀਰੇ, ਪਰ ਹਰ ਸਾਲ ਲੱਗਦਾ ਰਹੂਗਾ। ਇਸੇ ਸਥਾਨ ਤੇ ਲਾਉਂਦੇ ਹੋ? ਮਸਜਿਦ ਦੇ ਬਾਹਰ ਹੀ ਲਗਾਇਆ ਜਾਂਦਾ? ਮਸਜਿਦ ਦੇ ਬਾਹਰ ਹੀ, ਹਾਂਜੀ, ਮਸਜਿਦ ਦੇ ਬਾਹਰ ਹੀ ਉਹ ਲਾਇਆ ਜਾਂਦਾ ਜੀ। ਜਿਹੜੇ ਲੋਕ ਹਜੇ ਵੀ ਜਾਤਾਂ ਪਾਤਾਂ ਦੇ ਵਿੱਚ ਪਏ ਹੋਏ ਨੇ ਜਾਂ ਜਾਤਾਂ ਪਾਤਾਂ ਦਾ ਫਰਕ ਸਮਝਦੇ ਨੇ, ਉਹਨਾਂ ਨੂੰ ਤੁਹਾਡੀ ਕੀ ਅਪੀਲ ਹੈ, ਕੀ ਕਹਿਣਾ ਚਾਹੋਗੇ? ਉਹਨਾਂ ਨੂੰ ਇਹੀ ਅਪੀਲ ਹੈ ਵੀਰੇ, ਮਿਲ ਜੁਲ ਕੇ ਰਹਿਣਾ ਚਾਹੀਦਾ, ਬਾਕੀ ਆਪੋ ਆਪਣੇ ਧਰਮ ਨੇ ਉਹਨਾਂ ਨੂੰ ਮੰਨੋ, ਲੇਕਿਨ ਵੈਸੇ ਮਿਲ ਕੇ ਰਹੋ। ਤਾਂ ਬਿਲਕੁਲ ਜੀ, ਗੱਲਬਾਤ ਕੀਤੀ ਹੈ ਅਸੀਂ ਮੁਸਲਿਮ ਭਾਈਚਾਰੇ ਵਾਲਿਆਂ ਉਹਨਾਂ ਨਾਲ, ਜਿਨ੍ਹਾਂ ਨੇ ਦੱਸਿਆ ਕਿ 10-12 ਸਾਲਾਂ ਤੋਂ ਲੰਗਰ ਹੈ ਜਿਹੜਾ ਇਸੇ ਤਰ੍ਹਾਂ ਜਾਰੀ ਹੈ, ਚੱਲਦਾ ਆ ਰਿਹਾ, ਮਸਜਿਦ ਦੇ ਬਾਹਰ ਲੰਗਰ ਲਗਾਇਆ ਜਾਂਦਾ ਦੁੱਧ ਦਾ, ਤੇ ਅੱਗੇ ਵੀ ਇਹ ਜਿਹੜੀ ਸੇਵਾ ਇਸ ਤਰ੍ਹਾਂ ਹੀ ਨਿਸ਼ਕਾਨ ਜਾਰੀ ਰਹੇਗੀ। ਤਾਂ ਵਧੇਰੇ ਅਪਡੇਟਸ ਦੇ ਲਈ ਦੇਖਦੇ ਰਹੋ D5 ਚੈਨਲ ਪੰਜਾਬੀ। ਨਿਡਰ ਹਾਂ, ਨਿਰਪੱਖ ਰਹਾਂਗੇ, ਆਜ਼ਾਦ ਹਾਂ, ਸੱਚ ਕਹਾਂਗੇ, ਗੱਲ ਕਰਾਂਗੇ ਸਿਆਸੀ ਹਵਾ ਦੀ, ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ, ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ, ਦੱਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ, ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ, ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ, ਉਭਰਾਂਗੇ ਪੰਜਾਬ ਦੀ ਆਵਾਜ਼ ਬਣ, ਹੋਣਗੇ ਹਰ ਪਹਿਲੂ ਤੇ ਰੋਜ਼ ਚਰਚੇ, ਖੁੱਲਾਂਗੇ ਅੰਦਰੂਨੀ ਰਾਜ, ਬਣਾਂਗੇ ਬੁਲੰਦ ਆਵਾਜ਼, ਖੇਡ, ਸਿੱਖਿਆ, ਸਿਹਤ, ਖੇਤੀ ਦੀ ਬਾਤ ਪਾਵਾਂਗੇ, ਹਰ ਪਿੰਡ ਹਰ ਸ਼ਹਿਰ ਜਾਵਾਂਗੇ, ਮਨੋਰੰਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ, ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਝਾਲ, ਕੀ ਨੇ ਸਾਡੇ ਕਾਨੂੰਨ, ਫਰਜ਼ ਤੇ ਅਧਿਕਾਰ, ਕੀ ਕਰਦੀ ਹੈ ਸਾਡੀ ਸਰਕਾਰ, ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ, D5 ਚੈਨਲ ਪੰਜਾਬੀ ਦੀ ਕਚਹਿਰੀ 'ਚ ਹੋਵੇਗੀ ਸਿਰਫ ਲੋਕਾਂ ਦੀ ਗੱਲ, ਧਰਮ, ਧਰੋਹਰ, ਸਿਹਤ,
और संस्कृति की होगी बात। अब D5 चैनल हिंदी भी होगा सर। D5 चैनल पंजाबी, अपनी धरती अपने लोग। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਕੁਲਰਾਜ ਰੰਧਾਵਾ ਅਤੇ ਤੁਸੀਂ ਵੇਖ ਰਹੇ ਹੋ D5 ਚੈਨਲ ਪੰਜਾਬੀ, ਜਿਹੜਾ ਲਾਂਚ ਹੋ ਚੁੱਕਿਆ ਹੈ ਹੁਣ ਕੈਨੇਡਾ ਵਿੱਚ।